स्वागत करना जी, प्लीज खड़े होके सारे ने, वेरी गुड। साडे मैनेजमेंट, साडे मुख मेहमान जी श्री प्रवीण कुमार पक्का जी नो, और विशेष मेहमान जी नो सरदार लोहर सिंह सिद्धू जी और श्री विशाल। और स्कूल का कोई भी प्रोग्राम हो जो नाम तो वह अधूरा जहा लगता है तो साढ़े विचार पहुंचे ने, क्योंकि कलाकार बनते ने ते अपनी कला के जो भी दिखाते ने तो उन्होंने भी असं वेलकम करते हैं जी। साढ़े विचार पहुंचे हुए हैं, सो मैं अमरजीत सिंह जी को बेनती करूंगा और नरेंद्र जी को बेनती करूंगा कि प्लीज वो भी आ। साढ़े विचार हेल्पलाइन वेलफेयर सोसायटी के प्रेजिडेंट बोबी लेरी जी भी पहुंच चुके हैं जी। बोबी जी थोड़ा बहुत बहुत वेलकम सर। ਲਾ ਲਓ ਜੀ ਸਾਰਿਆਂ ਤੇ ਲਾਓ ਬੇਟਾ ਹੈਗਾ ਸਹੀ ਗੱਲ ਹੈ ਆ ਜਾ 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 ਆ ਜਾ
ਦਸਦਰ ਆ ਗਏ ਪਹਿਲੇ ਵੀ ਫੋਨ ਨਹੀਂ ਕੀਤਾ ਮੈਨੂੰ ਕੀਤਾ ਬਿਲਕੁਲ ਜੀ ਕਾਲਾ ਸਾਹਿਬ ਬੜਾ ਸੋਹਣੀ ਵੱਡੀ ਗੱਲ ਹੈ ਜੀ ਕਾਲਾ ਸਾਹਿਬ ਬਹੁਤ ਨਾਈਸ ਉਹਨਾਂ ਦੇ ਜੋ ਫੋਟੋ ਨਾ ਦੇਖ ਹਾਂਜੀ ਸਰ ਇੱਧਰ ਸਾਹਮਣੇ ਦੇਖੋ ਪਿੱਛੇ ਡਿੱਗਣਾ ਪਿੱਛੇ ਖੜੇ 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 ਕਮੈਂਟ ਕਰ ਰਹੇ सबकी जुबान पर लाल और नीले रंग को एक पट्टे में रहने दो मेरे हिंदुस्तान को तिरंगे में रहने दो मेरे हिंदुस्तान को तिरंगे में रहने दो ਜਿੰਨੇ ਵੀ ਇੱਥੇ ਸਤਿਕਾਰਯੋਗ ਮੈਂਬਰ ਫੰਕਸ਼ਨ ਦੇ ਵਿੱਚ ਪਹੁੰਚੇ ਨੇ ਮੈਂ ਸੁਸਾਇਟੀ ਦੀ ਤਰਫੋਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਹਾਂ ਅਤੇ ਨਿੱਘਾ ਸਵਾਗਤ ਵੀ ਕਰਦੇ ਹਾਂ ਗਰੁੱਪ ਦੋ ਦਾ ਗਰੁੱਪ ਵੀ ਕਰਦੇ ਜਿੰਨੇ ਵੀ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ ਸਰਦਾਰ ਅਮਰਜੀਤ ਸਿੰਘ ਜੀ ਤਰਸੇਮ ਸਿੰਗਲਾ ਜੀ ਸ਼ਾਲੂ ਜੈਨ ਜੀ ਹੋਰ ਜਿੰਨੇ ਵੀ ਮੇਰੇ ਪੱਤਰਕਾਰ ਵੀ ਇਸ ਪ੍ਰੋਗਰਾਮ ਨੂੰ ਕਵਰ ਕਰਨ ਵਾਸਤੇ ਪਹੁੰਚੇ ਨੇ ਮੈਂ ਸੁਸਾਇਟੀ ਵੱਲੋਂ ਉਹਨਾਂ ਦਾ ਬਹੁਤ ਹੀ ਡਿੱਗਾ ਸਵਾਗਤ ਕਰਦਾ ਹਾਂ ਧੰਨਵਾਦ ਸਰ ਇੱਧਰ ਸਾਹਮਣੇ ਦੇਖਿਓ ਸਰ ਸਾਹਮਣੇ ਉਹਨਾਂ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੋਈ ਹੈ ਮੈਂ ਸੁਸਾਇਟੀ ਵੱਲੋਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਹਾਂ ਡਾਕਟਰ ਅਵਿਨਾਸ਼ ਅਗਰਵਾਲ ਜੀ ਵੀ ਇੱਥੇ ਪਹੁੰਚੇ ਹੋਏ ਨੇ ਮੈਂ ਉਹਨਾਂ ਨੂੰ ਵੀ ਸੁਸਾਇਟੀ ਵੱਲੋਂ ਬਹੁਤ ਆਗੂ ਕਿਸਾਨ ਯੂਨੀਅਨ ਰਾਮਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਾਡੇ ਵਿਚਕਾਰ ਜਾਂ ਹੋਰ ਕੋਈ ਵਰਕ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਮੈਂ ਉਹਨਾਂ ਨੂੰ ਵੀ ਸੁਸਾਇਟੀ ਦੀ ਤਰਫੋਂ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ
ਸਾਡੇ ਗੈਸਟ ਕਲੈਪ ਫਾਰ ਦੀ ਇੰਗਲਿਸ਼ ਵਿੰਗ ਦੇ ਇੰਚਾਰਜ ਮੈਮ ਸ਼੍ਰੀਮਤੀ ਬਬੀਤਾ ਮਹੇਸ਼ਵਰੀ ਜੀ ਨੂੰ ਕਹਾਂਗੀ ਕਿ ਉਹ ਆਏ ਹੋਏ ਮਹਿਮਾਨਾਂ ਦੇ ਲਈ ਵੈਲਕਮ ਸਪੀਚ ਲੈ ਕੇ ਆਉਣ। Good morning, one and all. It is our pleasure to welcome everyone to our beautiful venue today. We have gathered here to celebrate the 75th Republic Day. ਚੋਰੀ ਸਾਹਿਬ ਤੋਂ ਦੀ ਕਲਾਸ ਜੀ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨਗੇ। ਬਹੁਤ ਬਹੁਤ ਧੰਨਵਾਦ। ਹੈ ਨਾਦਾਨ ਵਿਦਿਆ ਬੁੱਧੀ ਕੁਛ ਨਹੀਂ ਪਾਸ, ਹਮੇ ਬਣਾ ਲੋ ਆਪਣਾ ਦਾਸ, ਹਮੇ ਬਣਾ ਲੋ ਆਪਣਾ ਦਾਸ। ਸੋ ਨੈਕਸਟ ਪਰਫਾਰਮੈਂਸ ਕੱਥਕ ਪ੍ਰੇਅਰ ਡਾਂਸ ਲੈ ਕੇ ਆ ਰਹੇ ਹਨ 7th ਐਂਡ 8th ਕਲਾਸ ਸਟੂਡੈਂਟਸ। ਹੋਲੀ ਨਾ ਭੁਲਾਇਓ ਕਵਿਤਾਵਾਂ ਰੁੜ ਜਾਣੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੜ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾਲ ਮਿੱਟੀ 'ਚ ਮਿਲਾ ਦਿਓ। ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ, ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। सृष्टि को जिस प्रभु ने वही सृष्टि चला रहे हैं, चाहे सृष्टि को जिस प्रभु ने वही सृष्टि चला रहे हैं। जो जो सृष्टि को जिस प्रभु ने वही सृष्टि चला रहे हैं, सृष्टि को जिस प्रभु ने वही सृष्टि चला रहे हैं। प्रभु ने वही ये सृष्टि चला रहे हैं, सृष्टि को जिस प्रभु ने वही ये सृष्टि चला रहे हैं। जग जग में जाना तय कर दिया लौट के
सबसे प्यारा कौन
जाओ। ऐसे नहीं रोते, मैं हूं ना आपके साथ। ਕਿਉਂਕਿ
ਜੋ ਪਬਲਿਕ ਦੇਖਣ ਆਉਂਦੀ ਹੈ, ਜੋ ਪੇਰੈਂਟਸ ਹੁੰਦੇ ਨੇ, ਜੋ ਮਹਿਮਾਨ ਹੁੰਦੇ ਨੇ, ਉਹ ਇੱਕ ਹਾਫਿਜ਼ ਬਣ ਕੇ ਆਉਂਦੇ ਨੇ ਔਰ ਉਹ ਜਦੋਂ ਮਾਨ ਸਨਮਾਨ ਸਤਿਕਾਰ ਕਰਦੇ ਨੇ ਤਾਂ ਬੱਚਿਆਂ ਦਾ ਹੌਸਲਾ ਵੱਧਦਾ ਹੈ। ਤਾਂ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਤੁਮ ਹੋ ਹਮਾਰੇ ਹਾਫਿਜ਼, ਤੁਮ ਹੋ ਹਮਾਰੇ ਹਾਫਿਜ਼, ਹਾਫਿਜ਼ ਖੁਦਾ ਤੁਮਾਰਾ ਕਰਤਾ ਚਲੇ ਭਲਾਈ, ਹਰ ਇੱਕ ਕਦਮ ਤੁਮਾਰਾ ਚਿਰਕਾਲ ਤੱਕ ਦਿਓ ਤੁਮ, ਹਮ ਸਭ ਕੀ ਇਹ ਦਿਵਾਏ, ਮਹਿਮਾਨ ਆਓ ਪਿਆਰੇ, ਪਲਕੋਂ ਪੇ ਹਮ ਬਿਠਾਏ, ਪਲਕੋਂ ਪੇ ਹਮ ਬਿਠਾਏ। ਸੋ ਹਾਂਜੀ ਹਾਂਜੀ ਸਾਹਮਣੇ ਹੋ ਕੇ ਜੀ ਸਾਹਮਣੇ ਹੋ ਲੈ ਜੀ ਨਾਲ ਹੋਇਓ। ਹਾਂਜੀ ਇੱਧਰ ਸਾਹਮਣੇ ਦੇਖੋ ਸਰ, ਸਾਹਮਣੇ ਸ਼੍ਰੀ ਵਿਸ਼ਾਲ ਕਲੜਾ ਜੀ, ਸਪੁੱਤਰ ਸ਼੍ਰੀ ਓਮ ਪ੍ਰਕਾਸ਼ ਜੀ ਕਲੜਾ। ਸ਼੍ਰੀ ਓਮ ਪ੍ਰਕਾਸ਼ ਜੀ ਕਲੜਾ ਸਾਡੇ ਸਕੂਲ ਦੇ ਫਾਊਂਡਰ ਮੈਂਬਰ ਸੀ। ਉਹ ਹਰ ਇੱਕ ਐਗਜੈਕਟਿਵ ਕਮੇਟੀ ਦੇ ਵਿੱਚ ਮੈਂਬਰ ਹੁੰਦੇ ਸੀ। 2009 ਦੇ ਵਿੱਚ ਜੋ ਅੱਜ 34% ਸ਼੍ਰੀ ਵਿਸ਼ਾਲ ਕਲੜਾ ਜੀ ਨੇ ਕੀਤੀ ਹੈ, ਇਹਨਾਂ ਦੇ ਪਿਤਾ ਸ਼੍ਰੀ ਓਮ ਪ੍ਰਕਾਸ਼ ਕਲੜਾ ਜੀ ਨੇ ਇਸੇ ਸਟੇਜ ਦੇ ਉੱਪਰ ਜੋਤੀ ਪ੍ਰਚੰਡ ਕੀਤੀ ਸੀ। ਮੈਂ ਉਸ ਵੇਲੇ ਉਹਨਾਂ ਦੇ ਨਾਲ ਉਸ ਟੀਮ ਦੇ ਵਿੱਚ ਮੈਨੇਜਰ ਹੁੰਦਾ ਸੀ। ਉਹ ਬਹੁਤ ਹੀ ਹੋਣਹਾਰ ਸੁਸਾਇਟੀ ਦੇ ਮੈਂਬਰ ਸੀ। ਜਿੰਨੀ ਦੇਰ ਵੀ ਉਹਨਾਂ ਨੇ ਸੁਸਾਇਟੀ ਦੇ ਵਿੱਚ ਕੰਮ ਕੀਤਾ, ਉਹਨਾਂ ਦਾ ਕੰਮ ਸ਼ਲਾਘਾਯੋਗ ਰਿਹਾ ਹੈ। ਅੱਜ ਉਹਨਾਂ ਦੇ ਸਪੁੱਤਰ ਸ਼੍ਰੀ ਵਿਸ਼ਾਲ ਕਲੜਾ ਜੀ ਆਪਣੇ ਪਿਤਾ ਦੀਆਂ ਨੀਹਾਂ 'ਤੇ ਚੱਲਦੇ ਹੋਏ 31,000 ਰੁਪਈਆ ਇਸ ਸੁਸਾਇਟੀ ਨੂੰ ਦਾਨ ਦੇ ਰੂਪ ਵਿੱਚ ਦੇ ਰਹੇ ਨੇ। ਮੈਂ ਸ਼੍ਰੀ ਵਿਸ਼ਾਲ ਕਲੜਾ ਜੀ ਦਾ ਅਤੇ ਆਪਣੀ ਟੀਮ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਨੂੰ ਨਿੱਘਾ ਸਵਾਗਤ ਦਿੰਦਾ ਹਾਂ। ਡਾਕਟਰ ਸਾਹਿਬ ਸ਼ੈਂਪੀ ਬਾਗਲਾ ਜੀ, ਪ੍ਰਧਾਨ ਰਮਨ ਸਭਾ, 500 ਬੱਚਿਆਂ ਦੀ ਐਕਟਾਂ ਦੇ ਕੁਛ ਭੇਜਣੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਤੋਂ ਬਾਅਦ ਗਣਤੰਤਰ ਦਿਵਸ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਸਾਡੇ ਭਾਰਤ ਦੇਸ਼ ਨੇ ਅੰਗਰੇਜ਼ੀ ਹਕੂਮਤ ਤੋਂ 15 ਅਗਸਤ 1947 ਨੂੰ ਆਜ਼ਾਦੀ ਪ੍ਰਾਪਤ ਕੀਤੀ। ਦੇਸ਼ ਦੇ ਢਾਂਚੇ ਨੂੰ ਸਹੀ ਅਤੇ ਨਿਯਮਤ ਢੰਗ ਨਾਲ ਚਲਾਉਣ ਲਈ ਕੁਝ ਨਿਯਮਾਂ ਅਤੇ ਕਾਨੂੰਨਾਂ ਦੀ ਜ਼ਰੂਰਤ ਪਈ। ਡਾਕਟਰ ਭੀਮ ਰਾਓ ਅੰਬੇਦਕਰ ਦੀ ਅਗਵਾਈ ਹੇਠ 284 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਨ੍ਹਾਂ ਨੇ 26 ਨਵੰਬਰ 1949 ਨੂੰ ਇੱਕ ਦਸਤਾਵੇਜ਼ ਤਿਆਰ ਕੀਤਾ ਜਿਸ ਨੂੰ ਸੰਵਿਧਾਨ ਦਾ
26 जनवरी 1930 ਨੂੰ ਆਜ਼ਾਦੀ ਦੀ ਘੋਸ਼ਣਾ ਕਰ ਦਿੱਤੀ ਸੀ। ਸੰਵਿਧਾਨ ਵਿੱਚ ਦੇਸ਼ ਦੀਆਂ ਸਰਕਾਰਾਂ ਦੇ ਕੰਮ ਕਰਨ ਦੀਆਂ ਸ਼ਕਤੀਆਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਵਰਣਨ ਕੀਤਾ ਗਿਆ ਹੈ। ਮੈਂ ਦੇਸ਼ ਦੇ ਮਹਾਨ ਸ਼ਹੀਦਾਂ ਸ਼ੂਰਵੀਰਾਂ ਨੂੰ ਪ੍ਰਣਾਮ ਕਰਦੀ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕੇ ਅੱਜ ਅਸੀਂ ਖੁੱਲ੍ਹੇ ਵਾਤਾਵਰਣ ਦੇ ਵਿੱਚ ਸਾਨੂੰ ਇਕੱਠੇ ਹੋਣ ਦਾ ਅਤੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਅੱਜ ਦੇ ਗਣਤੰਤਰ ਦਿਵਸ ਸਮਾਰੋਹ ਦੇ ਚੀਫ ਗੈਸਟ ਸ਼੍ਰੀ ਪ੍ਰਵੀਨ ਕੁਮਾਰ ਜੀ ਬੱਕਾ, ਗੈਸਟ ਆਫ ਆਨਰ ਸਰਦਾਰ ਨਵੇਲ ਸਿੰਘ ਜੀ ਸਿੱਧੂ ਅਤੇ ਸ਼੍ਰੀ ਵਿਸ਼ਾਲ ਕੁਮਾਰ ਜੀ ਕਾਲੜਾ, ਹਿੰਦੂ ਐਜੂਕੇਸ਼ਨਲ ਸੁਸਾਇਟੀ ਦੇ ਸਮੂਹ ਮੈਂਬਰਾਂ, ਮੰਡੀ ਵਾਸੀ ਅਤੇ ਸਤਿਕਾਰਯੋਗ ਮਾਪੇ ਸਭ ਦਾ ਇੱਥੇ ਪਹੁੰਚਣ 'ਤੇ ਮੈਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਸਭ ਨੂੰ ਜੀ ਆਇਆਂ ਆਖਦੀ ਹਾਂ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਵਿੱਦਿਆ ਪ੍ਰਾਪਤ ਕਰਕੇ ਵਧੀਆ ਮੁਕਾਮ ਪ੍ਰਾਪਤ ਕਰ ਰਹੇ ਹਨ। ਇਸ ਸਾਲ ਵੀ ਇਸ ਸੰਸਥਾ ਦੇ ਵਿੱਚ 1100 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜ਼ਿਆਦਾਤਰ ਬੱਚੇ ਇਕੋਨੋਮਿਕਲੀ ਵੀਕਰ ਸੈਕਸ਼ਨ ਨਾਲ ਬਿਲੋਂਗ ਕਰਦੇ ਹਨ। ਇਸ ਸੰਸਥਾ ਦੇ ਨਤੀਜੇ ਹਮੇਸ਼ਾ 100% ਰਹੇ ਹਨ। ਸਰਕਾਰ ਵੱਲੋਂ ਇਸ ਸੰਸਥਾ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ। ਸਮੇਂ ਸਮੇਂ ਅਨੁਸਾਰ ਜੋ ਵੀ ਪ੍ਰਬੰਧਕ ਕਮੇਟੀਆਂ ਨੂੰ ਸਕੂਲ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਸਕੂਲ ਦੀ ਤਰੱਕੀ ਲਈ ਕੰਮ ਕਰਦੇ ਹਨ। ਪਿਛਲੇ ਸਾਲ 75YP ਦਾ ਇਸ ਸਟੇਜ ਦੀ ਬੈਕ ਸਾਈਡ 'ਤੇ ਸਕੂਲ ਦੇ ਵਿੱਚ ਹਾਲ ਬਣਾਇਆ ਗਿਆ ਅਤੇ ਬੱਚਿਆਂ ਦੀ ਮਿਡ ਡੇ ਮੀਲ ਸਕੀਮ ਤਹਿਤ ਖਾਣਾ ਖਾਣ ਲਈ ਲੰਗਰ ਹਾਲ ਬਣਾਇਆ ਗਿਆ। ਅੰਤ ਵਿੱਚ ਮੈਂ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਪਰਮਾਤਮਾ ਅੱਗੇ ਇਹ ਅਰਦਾਸ ਕਰਦੀ ਹਾਂ ਕਿ ਇਹ ਸੰਸਥਾ ਸਮੂਹ, ਮਿਹਨਤੀ ਸਟਾਫ, ਪ੍ਰਬੰਧਕ ਕਮੇਟੀ ਅਤੇ ਬੱਚਿਆਂ ਦੇ ਸਹਿਯੋਗ ਨਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਰਹੇ। ਉੱਚੀਆਂ ਕੰਧਾਂ ਲਾਹੌਰ ਦੀ ਸੈਂਟਰਲ ਜੇਲ੍ਹ ਦੀਆਂ, ਜਿੱਥੇ ਤੇਰੇ ਨਾਲ ਭਗਤ ਸਿਆਂ ਆਖਰੀ ਘੜੀਆਂ ਮੇਲ ਦੀਆਂ, ਜਿਹੜੀ ਉਮਰੇ ਵੀਰ ਹੋਰਾਂ ਦੇ ਘੋੜੀ ਚੜ੍ਹਦੇ ਸੱਜ ਧੱਜ ਕੇ, ਅਮਰੋ ਭੈਣ ਦੇ ਵੀਰ ਨੂੰ ਫਾਂਸੀ ਕਿੰਜ ਤਕਦੀਰਾਂ ਖੇਲ ਦੀਆਂ। ਤੇਰੀ ਸਿੱਖ ਦੁਪਹਿਰ
ਸੀਨਾ ਤੇਰੀ ਬਾਬੋ ਦਾ ਬਸ ਉਹਨੂੰ ਵੇਖਣੇ ਦਾ ਚਾਅ ਥੋੜੇ ਕੁ ਦਿਨਾਂ ਦੇ ਤੱਕ ਗਾਲੀ ਪੈਣੇ ਘੋੜੀਆਂ ਰੱਜ ਰੱਜ ਸ਼ਗਨ ਮਨਾ ਪੈਣੇ ਮੇਰੀਏ ਰੱਜ ਰੱਜ ਸ਼ਗਨ ਦੁਆਰਾ ਫਿਰ ਸੱਚ ਦੇ ਪ੍ਰੈਸ ਦੇ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।
ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਪਿਆਰੇ ਐਮਸੀ, ਉਹਨਾਂ ਨੂੰ ਪਿਆਰ ਨਾਲ ਅੰਬੂ ਕਹਿੰਦੇ ਆ, ਉਹ ਵੀ ਸਾਡੇ ਵਿਚਕਾਰ ਪਹੁੰਚੇ ਹੋਏ ਨੇ। ਮੈਂ ਉਹਨਾਂ ਨੂੰ ਵੀ ਸੁਸਾਇਟੀ ਦੀ ਤਰਫੋਂ ਜੀਆਂ ਆਖਦਾ ਹਾਂ। ਸਾਡੇ ਸੁਸਾਇਟੀ ਦੇ ਮੈਂਬਰ ਸੁਰਿੰਦਰ ਜੀ ਜੱਠੇ ਵਾਲੇ, ਲਿਮਕਾ ਜੀ, ਹੋਰ ਵੀ ਸਾਡੇ ਕਈ ਸਤਿਕਾਰਯੋਗ ਮੈਂਬਰ ਸੁਸਾਇਟੀ ਦੇ ਪਹੁੰਚੇ ਨੇ। ਪ੍ਰਵੀਨ ਜੀ, ਐਮਐਸਡੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪ੍ਰਵੀਨ ਸਿੰਘਲਾ ਜੀ ਵੀ ਸਾਡੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਹਾਂ। ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਬਹੁਤ ਮੈਂਬਰ ਜਿਨ੍ਹਾਂ ਦੇ ਮੈਂ ਪਿੱਛੇ ਬੈਠੇ ਨੇ, ਨਾਮ ਨਹੀਂ ਦਿਸ ਰਿਹਾ ਜਾਂ ਨਾਮ ਨਹੀਂ ਪਤਾ ਲੱਗ ਰਿਹਾ, ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਹਾਂ। ਪ੍ਰੈਸ ਵੱਲੋਂ ਰੋਮੀ ਯਾਦਵ ਜੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਹਾਂ। ਅੱਗੇ ਪ੍ਰੋਗਰਾਮ ਦੇਸ਼ ਕੀ ਸ਼ਾਨ, ਦੇਸ਼ ਕੀ ਆਨ, ਦੇਸ਼ ਕੀ ਸ਼ਾਨ, ਦੇਸ਼ ਕੀ ਇਸ ਦੇਸ਼ ਕੀ ਹਮ ਸੰਤਾਨ ਹੈ, ਤੀਨ ਰੰਗੋਂ ਸੇ ਰੰਗਾ ਤਿਰੰਗਾ, ਆਪਣੀ ਇਹ ਪਹਿਚਾਨ ਹੈ, ਆਪਣੀ ਇਹ ਪਹਿਚਾਨ ਹੈ। ਸੋ ਨੈਕਸਟ ਪਰਫੋਰਮੈਂਸ ਲੈ ਕੇ ਆ ਰਹੇ ਹਨ ਯੂ ਕੇ ਜੀ ਕਲਾਸ ਦੇ ਬੱਚੇ ਔਨ ਸੌਂਗ ਨੰਨਾ ਮੁੰਨਾ ਰਾਹੀ ਨੂੰ।
ਬਹੁਤ ਬਹੁਤ
ਜੋਸਵਾਲ ਜੀ, ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਵੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੈਲੋ, ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਪ੍ਰਵੀਨ ਕੁਮਾਰ ਜੀ ਪੱਕਾ, ਸਪੁੱਤਰ ਸ਼੍ਰੀ ਵੇਦ ਪ੍ਰਕਾਸ਼ ਜੀ ਪੱਕਾ, ਗੈਸਟ ਆਫ ਆਨਰ ਸਰਦਾਰ ਨਰੇਂਦਰ ਸਿੰਘ ਜੀ ਸਿੱਧੂ, ਪ੍ਰਧਾਨ ਨਗਰ ਸੁਧਾਰ ਕਮੇਟੀ ਰਾਮਾ, ਸਾਡੇ ਅੱਜ ਦੇ ਗੈਸਟ ਆਫ ਆਨਰ ਸ਼੍ਰੀ ਵਿਸ਼ਾਲ ਕਾਲੜਾ ਜੀ, ਸਪੁੱਤਰ ਸ਼੍ਰੀ ਓਮ ਪ੍ਰਕਾਸ਼ ਜੀ ਕਾਲੜਾ, ਸਾਡੀ ਸਭਾ ਦੇ ਪ੍ਰਧਾਨ ਸ਼੍ਰੀ ਮੇਹਰ ਚੰਦ ਜੀ ਚਲਾਣਾ, ਵਾਈਸ ਪ੍ਰੈਜੀਡੈਂਟ ਸੰਦੀਪ ਕੁਮਾਰ ਜੀ ਐਡਵੋਕੇਟ, ਸੈਕਟਰੀ ਸ਼੍ਰੀ ਸੂਰਜ ਰਤਨ ਜੀ ਮਹੇਸ਼ਵਰੀ, ਸਾਡੇ ਵਿੱਚ ਐਮ ਐਸ ਟੀ ਸਕੂਲ ਦੇ ਪ੍ਰਧਾਨ ਬੰਟੀ ਜੀ, ਚੇਅਰਮੈਨ ਨਰੇਸ਼ ਠੁਨੀਆ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਹੈ, ਇਹਨਾਂ ਵਾਸਤੇ ਇੱਕ ਵਾਰੀ ਤਾੜੀਆਂ ਮਾਰ ਦਿਓ। ਮੈਂ ਇਹਨਾਂ ਨੂੰ ਵੀ ਸੁਸਾਇਟੀ ਦੀ ਤਰਫੋਂ ਜੀ ਹਾਂ ਆਖਦਾ ਹਾਂ। ਮੈਂ ਬੋਲ ਰਿਹਾ ਸੀ ਸਾਡੇ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਸ਼੍ਰੀ ਸੂਰਜ ਰਤਨ ਮਹੇਸ਼ਵਰੀ, ਸਾਡੀ ਟੀਮ ਦੇ ਬਹੁਤ ਹੀ ਸੁਲਝੇ ਹੋਏ ਸੋਸ਼ਲ ਵਰਕਰ ਕੈਸ਼ੀਅਰ ਸ਼੍ਰੀ ਡਾਕਟਰ ਸੋਹਨ ਲਾਲ ਜੀ ਕਲਿਆਣੀ, ਚੇਅਰਮੈਨ ਸਰਦਾਰ ਅਮਰਜੀਤ ਸਿੰਘ ਜੀ ਸਿੱਧੂ, ਸਰਪ੍ਰਸਤ ਸ਼੍ਰੀ ਜਨਿੰਦਰ ਕੁਮਾਰ ਜੀ ਜੈ, ਮੇਰਾ ਬਹੁਤ ਹੀ ਮਿਹਨਤੀ ਅਤੇ ਸਤਿਕਾਰਯੋਗ ਰਿਸਪੈਕਟਡ ਸਟਾਫ ਪ੍ਰਿੰਸੀਪਲ ਸੁਸ਼ਮਾ ਸਿੰਗਲਾ ਜੀ, ਪ੍ਰਿੰਸੀਪਲ ਇੰਗਲਿਸ਼ ਮੀਡੀਅਮ ਮੈਡਮ ਬਬੀਤਾ ਮਹੇਸ਼ਵਰੀ ਜੀ, ਸਾਰੇ ਮੈਂਬਰਾਂ ਦੇ ਨਾਂ ਨਹੀਂ ਲੈ ਸਕਦੇ, ਮੈਂ ਤੁਹਾਨੂੰ ਦੋ ਮਿੰਟ ਸਕੂਲ ਦੇ ਉੱਪਰ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਇਹ ਸਕੂਲ 1935 ਤੋਂ ਲੈ ਕੇ ਇਸ ਸੰਸਥਾ ਦੀ ਸੇਵਾ ਕਰ ਰਹੇ ਹਨ। ਸਾਡੇ ਕੋਲ ਕਿਸੇ ਸਮੇਂ ਦੇ ਵਿੱਚ 18 ਗੌਰਮੈਂਟ ਏਡ ਟੀਚਰ ਹੁੰਦੇ ਸੀ, ਜਿਸ ਦੀ ਤਨਖਾਹ ਸਾਨੂੰ ਪੰਜਾਬ ਗੌਰਮੈਂਟ ਦਿੰਦੀ ਸੀ, ਪਰ ਹੁਣ ਸਾਡੇ ਕੋਲ ਸਿਰਫ ਤੋਂ ਸਿਰਫ 3 ਗੌਰਮੈਂਟ ਟੀਚਰ ਹਨ ਜਿਨ੍ਹਾਂ ਦੀ ਤਨਖਾਹ ਸਾਨੂੰ ਪੰਜਾਬ ਗੌਰਮੈਂਟ ਦਿੰਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ 40 ਟੀਚਰਾਂ ਦਾ ਹੋਰ ਸਟਾਫ ਹੈ ਜਿਨ੍ਹਾਂ ਦਾ ਖਰਚਾ ਸਾਰਾ ਮੈਨੇਜਮੈਂਟ ਪੇ ਕਰਦੀ ਹੈ। ਸਾਡੇ ਕੋਲ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ। ਮੈਂ ਸਾਡੇ ਅੱਜ ਦੇ ਮੁੱਖ ਮਹਿਮਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਇਹਨਾਂ ਦੇ ਪਿਤਾ ਜੀ 2002 ਦੇ ਵਿੱਚ ਇਸ ਸੁਸਾਇਟੀ ਦੇ ਪ੍ਰੈਜੀਡੈਂਟ ਸੀ, ਉਸ ਸਮੇਂ ਸਾਡੇ ਕੋਲ ਫਿਰ ਵੀ ਕਾਫੀ ਪੋਸਟਾਂ ਸੀ, ਸਾਨੂੰ ਫਾਈਨੈਂਸ਼ਲੀ ਕੋਈ ਜ਼ਿਆਦਾ ਸਟਰਗਲ ਕਰਨ ਦੀ ਲੋੜ ਨਹੀਂ ਸੀ, ਪਰ ਹੁਣ ਸਾਡੇ ਕੋਲ ਸਿਰਫ ਸੁਸਾਇਟੀ ਦੇ ਕੋਲ ਗੌਰਮੈਂਟ ਦੀਆਂ 3 ਪੋਸਟਾਂ ਹਨ, 3 ਪੋਸਟਾਂ ਦੀ ਤਨਖਾਹ ਸਾਨੂੰ ਪੰਜਾਬ ਗੌਰਮੈਂਟ ਦਿੰਦੀ ਹੈ, ਬਾਕੀ ਦਾ ਸਾਰਾ ਖਰਚਾ ਸੁਸਾਇਟੀ ਪੇ ਕਰਦੀ ਹੈ। ਮੈਂ ਸਾਡੇ ਮੰਡੀ ਦੇ ਲੋਕਾਂ ਨੂੰ, ਆਏ ਹੋਏ ਮਹਿਮਾਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ 7 ਸਾਲ ਹੋ ਗਏ ਇਸ ਸੁਸਾਇਟੀ ਦਾ ਚਾਰਜ ਸੰਭਾਲੇ ਹੋਏ, 4 ਸਾਲ ਪ੍ਰੈਜੀਡੈਂਟ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਜੀਡੈਂਟ ਸ਼੍ਰੀ ਰਜੇਸ਼ ਕੁਮਾਰ ਜੀ ਪਿੰਟੂ,
4 साल इस टीम के प्रेसिडेंट रहे, 2 साल श्री जनेंद्र कुमार जी जैन ते हुण इस टीम के लीडर श्री मेहरचंद जी चलाना। मैं सारी मंडी नूं ते सारे मैंबरां नूं ये दसना चाहुंदा कि साडी 7 सालां दे विच कोई भी किसी तरीके की कोई पेमेंट बाकी नहीं है। साडे टीचरां की तनखा हर महीने की 5 तरीक नूं इन्हां दे अकाउंट विच चली जांदी है। 31 दिसंबर तक असीं गौरमेंट टीचरां की तनखा भी वंड चुके हाँ अते साडे स्टाफ की तनखा भी असीं वंड चुके हाँ। साडा हुण एम की है पिया सी इत्थे कमरे बने हुए सी जिहड़े कि पंजाब गौरमेंट ने BNR ने रिजैक्ट कर दिए सी। ये साढ़े 10 कमरे से असी इन्हों ढा के प्लेन कर दिता है। सानू हुण कमरिया की 10 कमरिया की बहुत सख्त जरूरत है। वो कमरे असी बैक साइड के जगह पई है उसके पिछे असी 5 फुट जगह छड़ के असी वो कमरे बनाना चाहते हाँ। वो कमरे तद बनेंगे जद मंडी वाले सानू सहयोग करनगे। सोसाइटी कोले इन्ना आपका कोई धन नहीं है कि वह आपके बलबूते ते कमरे तैयार कर सके, पर असी फिर भी आए हुए मेहमानों नू मंडी वालों नू बच्चों के पेरेंट्स नू विश्वास दवाते हैं कि असी ये कमरे मंडी के सहयोग नाल अते मैनेजमेंट के सहयोग नाल ये असी कमरे 2 साल के अंदर अंदर बना के दिखावांगे। बहुत बहुत धन्यवाद सारे फंक्शन दियां सारे नू लख लख वधाइयां। जे कोई मैंबर साडा किसी का कोई ना रहन कन्नी रह गया हो मैं एक बार फिर साडे नगर कौंसल के प्रधान श्री कौर सिंह जी सिद्धू ने सानू समय समय सिर बहुत सहयोग दिता। मैं इन्हों फिर जी आया आता हाँ। हेल्पलाइन के प्रेजिडेंट श्री अश्विनी कुमार जी बॉबी जिन्हों का मंडी के हर एक सेवा दे बहुत बड़ा ना है, मैं इन्होंने इतने पहुँचन से जी आया भी आता हाँ तो सोसाइटी वालों बहुत बहुत धन्यवाद करता हाँ। थैंक यू। पहाड़ी पे मीनार बने रहते हैं और चलती ज्वाला में एक समान खड़े रहते हैं जो धरती माँ की रक्षा के लिए तैयार खड़े रहते हैं। उन सैनिकों के ऊपर एक ग्रुप डांस लेके आ रहे हैं 5th क्लास स्टूडेंट ऑन सॉन्ग संदेश।
रूप है गरबा, आनंद की प्रस्तुति का एक स्वरूप है।
ਈਸ਼ਵਰ ਕੀ ਵੰਦਨਾ ਹੈ ਗਰਬਾ। ਸੋ ਗੁਜਰਾਤ ਦੀ ਆਨ ਬਾਨ ਅਤੇ ਸ਼ਾਨ ਲੈ ਕੇ ਆ ਰਹੇ ਹਨ 7th ਔਰ 8th ਕਲਾਸ ਦੇ ਬੱਚੇ। ਹਿੰਦੂ ਐਜੂਕੇਸ਼ਨ ਸਿਟੀ ਸਕੂਲ ਦੀ ਜਿਹੜੀ ਮੈਨੇਜਮੈਂਟ
ਪਾਣੀ ਚਾਸੀ ਵੀ ਐਸਨ ਨਿਕਲ ਸਿੰਘਲਾ ਜੀ SBI ਮੈਨੇਜਰ ਰਾਏਕੋਟ ਤੋਂ ਭੇਜ ਰਹੇ ਨੇ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਸਪੀਚ ਲੈ ਕੇ ਆਉਣਗੇ ਲਿਖਿਆ ਸੀ ਸੋ ਹੁਣ ਮੈਂ ਬੇਨਤੀ ਕਰੂੰਗਾ ਉਹ ਕਹਿੰਦੇ ਨਾ ਕਿ ਨੱਚਣ ਵਾਲੇ ਦੀ ਏਡੀ ਵਾਲੇ ਦੀ ਤੇ ਗਾਣ ਵਾਲੇ ਦਾ ਮੂੰਹ ਸਾਡੇ ਵਿੱਚ ਮਨਜੀਤ ਤਸੀਦਾ ਜੀ ਨੇ ਪੁਰਾਣੇ ਕਲਾਕਾਰ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਮੰਚ ਤੇ ਆਉਂਦੇ प्यासे को पानी पिलाते हैं याद दिए जाते हैं वो जो देशों को के लिए जान लुटाते हैं तो हाजिर जो हजरात आज की जो महफल जो सजाई गई है हमको आजादी मिली शहीद आजम सरदार भगत सिंह अभी बच्चे 13 वर्ष करती हुए हैं तो एक सर्वे आया कि हिंदुस्तान में जितने फ्रीडम फाइटर हैं सबसे पहले नाम किसका है लोग किसको याद करते हैं तो हाजरीन आपको खुशी होगी सबसे पहले नाम आया कन्याकुमारी से लेकर कश्मीर तक एक सर्वे हुआ इंडिया टुडे किया जिनका एक चैनल भी है तो सबसे पहले नाम किसका आया सरदार भगत सिंह का ताड़ी लगा दो भगत सिंह के नाम वो भी पंजाबियों का मान तो दोस्तों आज के मुख्य मेहमान सरदार रणबीर सिंह जी कालड़ा साहब और प्रवीण पक्का जी मैं एक बार बोलिया से उन्होंने मैं 5000 रुपये हारमोनियम वास्ते दिता भगत सिंह जी घोड़ी गाई से पक्का जी तो बंदे याद आ जाए तो जरा प्रोग्राम देख रहे हो साढ़े पिंकू जी प्रधान जनेंद्र जैन साहब और साढ़े सराना साहब का यह प्रोजेक्ट बनाया बहुत वधिया चलिया तो इन्होंने बच्चों के लिए इन्नी ठंड के बच्चे हीटर लाए ਭੰਡਾਰੇ ਖੋਲ੍ਹੇ ਔਰ ਬਰੈਡ ਔਰ ਕਹਿੰਦੇ ਜੀ ਪਕੌੜੇ ਵੀ ਖਵਾ ਤੇ ਠੰਡ ਹੈ ਤਾਂ ਮੈਨੂੰ 5-4 ਮਿੰਟ ਮਿਲੇ ਆ ਇਸ ਮਹਿਫਲ ਨੂੰ ਦੇਖ ਕੇ ਐਂ ਲੱਗਦਾ ਜਿਵੇਂ ਮੇਲਾ ਹੋਵੇ ਕਹਿੰਦੇ ਮੇਲੀ ਮੇਲੀ ਆਏ ਆ ਬੈਠੇ ਆ ਇੱਕ ਦੂਜੇ ਨੂੰ ਜੱਫੀਆਂ ਪਾਪਾ ਮਿਲੀ ਜਾਂਦਾ ਸਮੇਂ ਖੁਸ਼ੀ ਦਾ ਨਾ ਇਹ ਜ਼ਿੰਦਗੀ ਹੈ ਮੇਲਾ ਮੇਲਾ ਹੈ ਜ਼ਿੰਦਗੀ ਗਰ ਜ਼ਿੰਦਗੀ ਮੇ ਮੇਲਾ ਨਹੀਂ ਫਿਰ ਦੇਲਾ ਹੈ ਜ਼ਿੰਦਗੀ कोई कहता मेले में मुझे मेरा यार मिले कोई कहता मेले में
मुझे यार का प्यार मिले, अरे मेरा कुछ भी ना, मेरा कुछ भी नहीं मिलता मेरे, मेरा कुछ भी ना समझो फिर देला है जिंदगी, ये जिंदगी है मेला, मेला है जिंदगी। आगे क्या कहा मैंने, उससे आगे थोड़ा चलो, कि हिंदुओं को राम राम, मुसलमानों को सलाम है, हिंदुओं को राम राम, मुसलमानों को सलाम है, सिखों को सत श्री अकाल, दूसरा सत श्री अकाल का, सिखों को सत श्री अकाल, अंग्रेजों के लिए गुड बाय का पैगाम है, आपकी संगीत की दुनिया में इतने मस्त हो जाओ, पता ये न चले कि कब हुई सुबह और कब हो गई शाम है। इससे आगे चलो थोड़ा सा, इससे आगे क्या मैंने कहा कि मेले में आती है दुनिया, मेले में आती है दुनिया थोड़ा लुत्फ उठाने को, अगर मेला ही इतना बढ़िया है तो फिर दिल नहीं करता क्या हुआ जाने को, फिर दिल जान नहीं करता। तो दोस्तों दो ही मेरे को शेयर हो रहा है, उसको पहला इन्नी महफल आ कि लड़कियां खूते पानी भरी जाएगा, उतो कराही टप्पया पुरानी गल, वो कहता कुछ मैं पानी पिया, वो कहने पहला तेरा नाम दस, वो कहना मेरा नाम है अमीर खुसरो, वो कहने बड़ा खुसरो, जे तू अमीर खुसरो है तो फिर सुन साढ़िया तैयार गलों ने जवाब शेयर बना दिया। पहली कहती जी ढोल, दूजी कहती कुत्ता, तीजी कहती खीर, चौथा कहती चरखा। तो जेड़ा भी बंदा इन्हें पंडाल च बैठा कोई भी जवाब दू 200 रुपये में इनाम दूंगा, अगर कोई जवाब ना दे सकया तो फिर मुख मेहमान जी 500 दे। हाँ जी विशाल जी। तो दोस्तों अगला शेयर है, अगला की शेर है मेरा कि ये गुलिस्तान सदा आबाद रहेगा, ये गुलिस्तान कितने प्यारे प्यारे बच्चे बच्चों के माँ बाप ने ठंड प्रोग्राम रखना है, ये गुलिस्तान सदा आबाद रहेगा, यहाँ तरह तरह के फूल खिलेंगे, अगर खुदा ने चाहा हम और तुम इसी जगह पे जरूर मिलेंगे। आप सबके लिए एक शेर है कि आप सदा रहो सलामत अपनी तो ये दुआ है, आप सदा रहो अरे सुखी रहो, आप सदा रहो सलामत अपनी तो ये दुआ है, हम कहते हैं ये बात सच्चे दिल से, किस बात का खुदा गवाह है। हाँ जी, तो कोई मेरा वीर भैन उस बात शेर बना सकता कुत्ता चरखा ढोल कोई बना सकता ही है, कोई दूसरा जवाब जी नहीं। हाँ जी आ जाओ, खीर बनाई शौक से, खीर बनाई शौक से, चरखा दिया जलाए, आया कुत्ता खा गया, तू बैठी ढोल बजाए। लो ये घर दे नंबर निकले है, इन्हें ने जवाब देता। तो प्रधान जी गल ये है कि 500 रुपये उसकी देनी नहीं, विशेष मेहमान ने
ਕਾਲੜਾ ਸਾਹਿਬ ਉਹਨਾਂ ਨੇ ਜਾਣਾ ਹੈ। ਸੋ ਮੈਂ ਬੇਨਤੀ ਕਰੂੰਗਾ ਸ਼੍ਰੀ ਗੋਲਡੀ ਮੇਸ਼ਵਰੀ ਜੀ ਔਰ ਵਿੱਕੀ ਮੇਸ਼ਵਰੀ ਜੀ ਨੂੰ ਕਿ ਉਹ ਉਹਨਾਂ ਨੂੰ ਕਾਲੜਾ ਸਾਹਿਬ ਨੂੰ ਲੈ ਕੇ ਆਉਣਗੇ ਅਤੇ ਉਹਨਾਂ ਨੂੰ ਸਨਮਾਨ ਦੇਣਗੇ। ਵੇਟ ਕਰਿਓ। ਓਕੇ ਸਰ। ਹਾਂਜੀ ਇੱਧਰ ਦੇਖਿਓ ਸਰ, ਸਾਹਮਣੇ ਦੇਖਿਓ। ਆ ਜਾਓ ਸਰ ਨਾਲ ਆ ਜਾਓ, ਇੱਧਰ ਦੇਖਿਓ ਸਾਹਮਣੇ। ਓਕੇ ਜੀ। ਆ ਜਾਓ ਸਰ ਇਸ ਸਾਈਡ ਆ ਜਾਓ। ਹਾਂਜੀ ਅੱਗੇ ਆ ਜਾਓ। ਠੀਕ ਹੈ ਜੀ। ਸ਼੍ਰੀ ਸੂਰਜ ਰਤਨ ਮਹੇਸ਼ਵਰੀ ਜੀ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਪਲੀਜ਼। ਸਾਹਮਣੇ ਦੇਖੋ ਸਰ। ਓਕੇ ਜੀ। ਹਾਂਜੀ ਸਰ ਸਾਹਮਣੇ ਦੇਖਿਓ। ਓਕੇ ਸਰ। ਹਾਂਜੀ ਸਰ ਸਾਹਮਣੇ ਦੇਖਿਓ। ਸਰ ਨਾਲ ਹੋ ਜਾਓ। ਮੈਂ ਬੇਨਤੀ ਕਰੂੰਗਾ ਮੈਡਮ ਸੁਸ਼ਮਾ ਜੀ ਨੂੰ ਕਿ ਉਹ ਵੀ ਆਪਣਾ ਮਾਨ ਸਨਮਾਨ ਲੈ। ਸਰ ਸਾਹਮਣੇ ਦੇਖੋ ਜੀ। ਓਕੇ ਸਰ। ਹਾਂਜੀ ਮੈਡਮ ਸਾਹਮਣੇ ਦੇਖਿਓ। ਵੇਟ ਕਰਿਓ। ਓਕੇ ਜੀ। ਸੋ ਹੁਣ ਮੈਂ ਬੇਨਤੀ ਕਰੂੰਗਾ ਹਿੰਦੂ ਕੁਛ ਪੁਰਾਣੇ ਟੀਚਰ ਵੀ ਅੱਜ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਹੋਏ ਨੇ। ਸਾਹਮਣੇ ਦੇਖਿਓ ਅੰਜੂ ਮੰਜੂ ਸਿੰਘਾ ਜੀ। ਓਕੇ ਜੀ।
ਆਈਟਮ ਤੇ ਹਿੰਦੂ ਸਕੂਲ ਦੇ ਪ੍ਰਧਾਨ ਸ਼੍ਰੀ ਮੇਹਰ ਬੈਂਚ ਰਾਣਾ ਜੀ 3100 ਰੁਪਇਆ ਬੱਚਿਆਂ ਦੀ ਇਸ ਆਈਟਮ ਤੇ ਪੁੱਛੋ ਕੇ ਦੇ ਰਹੇ ਨੇ ਜੀ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਔਰ 500 ਰੁਪਇਆ ਸਕੂਲ ਮੈਨੇਜਮੈਂਟ ਦੇ ਮੈਨੇਜਰ ਸ਼੍ਰੀ ਇੰਦਰ ਕੁਮਾਰ ਗੋਇਲ ਜੀ ਬੱਚਿਆਂ ਦੀ ਆਈਟਮ ਤੇ ਪੁੱਛੋ ਕੇ ਭੇਜ ਰਹੇ ਨੇ ਜੀ, ਉਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ। 500 ਰੁਪਇਆ ਸ਼੍ਰੀ ਸਤੀਸ਼ ਕੁਮਾਰ ਸਿੰਘ ਜੀ, ਪਲ
सिलसिला यही है जो चलता आ रहा है बरसों से, नहीं बदल सकता कल या परसों से। Thank you.
हमारा सौभाग्य होगा अगर इस पवित्र मिट्टी को अपने प्राणों की भेंट दे पाएंगे। रही बात मिसाल बनाने की, मैं वो मशाल बनूंगी जो हर भारतीय के अंदर आजादी की भूख बनकर दहकेगी। संकल्प बोल के हम तो निकल पड़े, हर द्वार खोल के गगन कहे विजय भव। विजय भव General Lord Dalhousie ke orders. We have to give up your Jhansi now. Hum apni Jhansi nahi denge. Jhansi hum Hindustaniyon ki hi hai.
ਜਿਹੜੇ ਹੀ ਹੁਣ ਹਾਰ ਮੈਂਬਰ ਨੇ ਸਕੂਲ ਦੇ ਉਹ ਵੀ ਪਹੁੰਚੇ ਹੋਏ ਨੇ ਜੀ। ਹੈਲੋ ਹੈਲੋ 1100 ਰੁਪਇਆ ਸ਼੍ਰੀ ਤੇਲੂ ਰਾਮ ਜੀ ਲੈਵੀ ਚੇਅਰਮੈਨ ਸਟਾਰ ਪਲੱਸ ਪਬਲਿਕ ਸਕੂਲ ਐਮਸੀ ਵਾਰਡ ਨੰਬਰ 15 ਸਕੂਲ ਨੂੰ 1100 ਰੁਪਏ ਬੱਚਿਆਂ ਨੂੰ ਦੇ ਰਹੇ ਨੇ। ਤੈਂ ਦਿਲੋਂ ਸ਼ੁਕਰਗੁਜ਼ਾਰ ਧੰਨਵਾਦ ਜੀ। ਹੁਣ ਅਸੀਂ ਕੁਛ ਦੋ ਚਾਰ ਸਨਮਾਨ ਚਿੰਨ੍ਹ ਹੈ ਉਹਨਾਂ ਨੂੰ ਦੇ ਰਹੇ ਹਾਂ। ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦਾ ਨਾਮ ਬੋਲਿਆ ਜਾਏਗਾ ਪਲੀਜ਼ ਸਟੇਜ 'ਤੇ ਆਉਣ। ਉਹ ਗਰੁੱਪ ਕਰੀ ਜਾਂਦਾ ਉਧਰਾਂ ਪਹਿਲਾਂ ਸਭ ਤੋਂ ਪਹਿਲਾਂ ਪ੍ਰਧਾਨ ਐਮ ਐਸ ਜੀ ਸਕੂਲ ਪ੍ਰਿੰਸੀਪਲ ਅਤੇ ਉਹਨਾਂ ਦੀ ਟੀਮ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ 'ਤੇ ਆਉਣ ਅਤੇ ਸਨਮਾਨ ਚਿੰਨ੍ਹ ਲੈਣ। ਹੈਲੋ ਇਸ ਤੋਂ ਬਾਅਦ and
ਵਧੀਆ ਬਹੁਤ ਵਧੀਆ ਬੱਚਿਆਂ ਨੇ ਐਕਟ ਸ਼੍ਰੀ ਦਰਸ਼ਨ ਕੁਮਾਰ ਪੰਗੀ ਜੀ ਜਿਹੜੇ ਕਿ ਹਿੰਦੂ ਐਜੂਕੇਸ਼ਨ ਸੋਸਾਇਟੀ ਦੇ ਮੈਂਬਰ ਨੇ ਉਹਨਾਂ ਨੇ 200 ਰੁਪਇਆ ਬੱਚਿਆਂ ਦੀ ਹੌਸਲਾ ਅਫਜਾਈ ਲੈ ਕੇ ਦਿਆ ਜੀ ਬਹੁਤ ਬਹੁਤ ਧੰਨਵਾਦ ਔਰ ਸ਼੍ਰੀ ਨਿਰਦੋਸ਼ ਕੁਮਾਰ ਗੋਇਲ ਜੀ ਜਿਹੜੇ ਕਿ ਪਾਣੀ ਦੀ ਸੇਵਾ ਜਦੋਂ ਵੀ ਜ਼ਰੂਰਤ ਪੈਂਦੀ ਹੈ ਇਹਨਾਂ ਕੋਲ ਆਰਓ ਦਾ ਸਿਸਟਮ ਹੈ ਤਾਂ ਪਾਣੀ ਦੀ ਸੇਵਾ ਬਿਲਕੁਲ ਸਕੂਲ ਦੇ ਵਿੱਚ ਕਿਸੇ ਵੀ ਫੰਕਸ਼ਨ ਦੇ ਵਿੱਚ ਜ਼ਰੂਰਤ ਪੈ ਜਾਏ ਬਿਲਕੁਲ ਫਰੀ ਕਰਦੇ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਵਧੀਆ ਬੱਚਿਆਂ ਨੂੰ ਪੇਸ਼ ਕੀਤਾ ਜੀ। ਸੋ 2100 ਰੁਪਇਆ ਸਾਡੇ ਸਕੂਲ ਦੇ ਸਰਪ੍ਰਸਤ ਜਨਿੰਦਰ ਜੈਨ ਜੀ ਬੱਚਿਆਂ ਦੀ ਇਸ ਆਈਟਮ 'ਤੇ ਖੁਸ਼ ਹੋ ਕੇ ਦੇ ਰਹੇ ਨੇ ਅਤੇ 2100 ਰੁਪਇਆ ਇਸ ਪ੍ਰੋਜੈਕਟ ਦੇ ਚੇਅਰਮੈਨ ਰਜੇਸ਼ ਬਾਂਸਲ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਅਸੀਂ ਪਿੰਡੂ ਠੇਕੇਦਾਰ ਜੀ ਕਹਿੰਦੇ ਹਾਂ, ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਸ ਪ੍ਰੋਗਰਾਮ ਦੇ ਵਾਸਤੇ ਔਰ ਬੜਾ ਦਿਲ ਕੱਢਿਆ। ਅਸੀਂ ਸਾਰੇ ਕਹਿੰਦੇ ਸੀ ਠੰਡ ਬਹੁਤ ਰਹੇ ਦੁੱਖ ਦਿੰਦੇ ਨਹੀਂ ਚੱਲੂਗਾ ਪ੍ਰੋਗਰਾਮ ਇਹ, ਤਾਂ ਉਹਨਾਂ ਨੇ ਪ੍ਰੋਗਰਾਮ ਕਰਕੇ ਦਿਖਾਇਆ। 2100 ਰੁਪਇਆ ਉਹ ਵੀ ਬੱਚਿਆਂ ਦੀ ਅਸੈਂਟ ਉੱਤੇ ਖੁਸ਼ ਹੋ ਕੇ ਭੇਜ ਰਹੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।
ਸਾਡੇ ਚੇਅਰਮੈਨ ਜੀ ਮਲੇਜੁ ਸਾਹਿਬ, ਸੈਕਟਰੀ ਸਾਹਿਬ ਔਰ ਸਾਡੇ ਵਾਈਸ ਪ੍ਰੈਜ਼ੀਡੈਂਟ ਸੰਦੀਪ ਜੀ, ਸਾਰਿਆਂ ਨੇ ਯਾਨੀ ਕਿ ਬਹੁਤ ਹੀ ਮਿਹਨਤ ਕੀਤੀ ਹੈ ਔਰ ਉਸੇ ਕਰਕੇ ਦੇਖੋ ਟੈਂਟ ਵੀ ਕਿੱਡਾ ਵਧੀਆ ਲੱਗਿਆ ਔਰ ਕਿੱਡੀ ਵਧੀਆ ਸਟੇਜ ਬਣੀ ਹੈ ਔਰ ਕਈ ਵਾਰੀ ਯਾਨੀ ਕਿ ਮਕਸਦ ਸੀ ਇੱਕ ਇੱਥੇ ਇੰਗਲਿਸ਼ ਵਿੱਚ ਕਰਾਇਆ ਸੀ ਤਾਂ ਉਸ ਵੇਲੇ ਇੱਕ ਮਕਸਦ ਸੀ ਕਿ ਬੱਚੇ ਘੱਟ ਪੈਸਿਆਂ ਦੇ ਵਿੱਚ ਇੰਗਲਿਸ਼ ਦੀ ਪੜ੍ਹਾਈ ਕਰ ਸਕਣ। ਰਾਮਾ ਮੰਡੀ ਦੀ ਸਾਂਝੀ ਸੰਸਥਾ ਹਿੰਦੂ ਐਜੂਕੇਸ਼ਨ ਸੁਸਾਇਟੀ ਜਿੱਥੇ ਤੁਹਾਡੇ ਬੱਚਿਆਂ ਨੂੰ ਵਧੀਆ ਤਿਆਰੀ ਕਰਾਈ ਜਾਂਦੀ। ਆਹ ਦੇਖੋ ਫੰਕਸ਼ਨ, ਦੇਖੋ ਫੰਕਸ਼ਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਬੰਦਾ ਕਮੀ ਨਹੀਂ ਕੱਢ ਸਕਦਾ, ਇਹ ਬਣ ਫੰਕਸ਼ਨ ਸੀ। ਔਰ ਪੜ੍ਹਾਈ ਪੱਖੋਂ ਪ੍ਰਿੰਸੀਪਲ ਮੈਡਮ ਸੁਸ਼ਮਾ ਜੀ ਔਰ ਇੰਗਲਿਸ਼ ਵਿੰਗ ਦੇ ਇੰਚਾਰਜ ਮੈਡਮ ਕਵਿਤਾ ਜੀ, ਕਿਆ ਬਾਤ ਹੈ, ਇੰਨੇ ਸਿੰਸੀਅਰ ਔਰ ਇੰਨਾ ਵਧੀਆ ਸਿਸਟਮ ਜਿਹੜਾ ਇਹਨਾਂ ਨੇ ਸਕੂਲ ਨੂੰ ਦਿੱਤਾ ਹੈ। ਸੋ ਪੇਰੈਂਟਸ ਆਏ ਹੋਏ ਹੈ, ਮੈਂ ਪੇਰੈਂਟਸ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਸਕੂਲ ਤੁਹਾਡਾ ਆਪਣਾ ਸਕੂਲ ਹੈ, ਇਸ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਜੀ। ਸੋ ਹੁਣ ਮੈਂ ₹200 ਅਮਰਜੀਤ ਸਿੰਘ ਚੇਅਰਮੈਨ ਐਸ ਐਮ ਸੀ ਕਮੇਟੀ ਹਿੰਦੂ ਸਕੂਲ ਰਾਮਾ ਬੋਲ ਸਿੱਧੂ ਜਿਹੜੇ ਕਿ ਸਕੂਲ ਦੀ ਲੜਾਈ ਦੇ ਵਿੱਚ ਸਾਡੇ ਨਾਲ ਖੜਦੇ ਹੱਥ ਮਿਲੇ। ਸਕੂਲ ਦੇ ਉੱਤੇ ਕੋਈ ਵੀ ਯਾਨੀ ਕਿ ਵਾਧਾ ਹੁੰਦਾ ਹੋਵੇ ਪਰ ਭਰਪੂਰ ਸਿੰਘ ਸਿੱਧੂ ਯਾਨੀ ਕਿ ਸਾਡੇ ਨਾਲ ਖੜਦੇ ਹੈ ਵੀ ਸਕੂਲ ਸਾਰਿਆਂ ਦਾ ਸਾਂਝਾ ਹੈ ਵੀ ਇਹਨੂੰ ਮੈਂ ਆ ਚ ਨਹੀਂ ਆਉਂਦਾ ਤਾਂ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਨੈਕਸਟ ਪਰਫਾਰਮੈਂਸ ਕੋਰੀਓਗ੍ਰਾਫੀ ਸੇਵ ਗਰਲ ਚਾਈਲਡ।
ਨਾਲ ਗੱਲ ਕਰ ਕੋਰੀਓਗ੍ਰਾਫੀ ਬਹੁਤ ਹੀ ਵਧੀਆ ਬੱਚਿਆਂ ਨੇ ਕੀਤੀ ਔਰ ਸੱਚਮੁੱਚ ਹੁਣ ਧੀਆਂ ਹਰ ਫੀਲਡ ਦੇ ਵਿੱਚ ਅੱਗੇ ਨੇ ਚਾਹੇ ਕੋਈ ਫੀਲਡ ਹੋਵੇ ਧੀਆਂ ਮਾਂ ਬਾਪ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਔਰ ਜਿਹੜੇ ਅੱਜ ਕੱਲ੍ਹ ਪੁੱਤ ਨੇ ਉਹ ਸਾਡੇ ਪੰਜਾਬ ਦੇ ਵਿੱਚ ਤਾਂ ਜਾਣੇ ਕਿ ਨਸ਼ਾ ਦੇ ਦਲਦਲ ਦੇ ਵਿੱਚ ਫਸ ਕੇ ਬਹੁਤ ਬੁਰਾ ਹਾਲ ਇਸ ਕਰਕੇ ਅੱਜ ਦੇ ਦਿਨ ਸੰਕਲਪ ਲੈਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਨਸ਼ੇ ਤੋਂ ਦੂਰ ਰਹਾਂਗੇ ਅਸੀਂ ਨਸ਼ੇ ਨਹੀਂ ਕਰਾਂਗੇ ਸੋ ਹੁਣ ਮੈਂ ਬੇਨਤੀ ਕਰੂੰਗਾ ਮਾਸਟਰ ਸਤਪਾਲ ਜੀ ਨੂੰ ਮਾਸਟਰ ਸਤਪਾਲ ਜੀ ਨੂੰ ਪ੍ਰਧਾਨ ਸੰਦੀਪ ਚਲਾਣਾ ਜੀ ਨੂੰ ਤੇ ਸਤਪਾਲ ਚਲਾਣਾ ਜੀ ਜੁਆਇੰਟ ਸਕੱਤਰ ਸ੍ਰੀ ਬਿੰਟੂ ਅਰੋੜਾ ਜੀ ਅਤੇ ਰੋਡ ਵੰਗ ਸਭਾ ਦੇ ਪ੍ਰਧਾਨ ਸ੍ਰੀ ਸ਼ੈਂਪੀ ਬਾਗਲਾ ਜੀ ਕਿ ਉਹ ਸਟੇਜ ਤੇ ਆਉਣ ਸਕੂਲ ਮੈਨੇਜਮੈਂਟ ਕੰਪਨੀਓ ਟੀਚਰ ਸਾਹਿਬਾਨਾਂ ਨੇ ਨਿਭਾਈ ਹੈ ਅੰਜੂ ਬਾਲਾ ਲਤਾ ਰਾਣੀ ਬਲਜੀਤ ਕੌਰ ਅਤੇ ਇਹਨਾਂ ਦੇ ਨਾਲ ਇੱਕ ਵਿਦਿਆਰਥਣ ਪ੍ਰਿੰਸ਼ੋ ਬਹੁਤ ਵਧੀਆ ਕਾਬਲੇ ਤਾਰੀਫ ਜੀ ਬਹੁਤ ਵਧੀਆ ਸਟੇਜ ਦੀ ਭੂਮਿਕਾ ਨਿਭਾਈ ਹੈ ਇਹਨਾਂ ਨੇ ਅਤੇ ਮੈਂ ਪਰਮਪਿਤਾ ਪਰਮਾਤਮਾ ਕੋਲ ਅਰਦਾਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਸ ਤੋਂ ਵਧੀਆ ਜਾ ਕੇ ਸਟੇਜ ਦੀ ਭੂਮਿਕਾ ਕਮਾਈਆਂ ਮੇ
ਜਾਵੇ ਫਿਰ ਕੋਈ ਵੀ ਚੀਜ਼ ਰੁਕਾਵਟ ਨਹੀਂ ਬਣ ਸਕਦੀ। ਬੇਟੀ ਸੋਨਮ ਨੇ ਹੈਂਡੀਕੈਪਟ ਹੋਣ ਦੇ ਬਾਵਜੂਦ ਬੇਟੀ ਨੇ ਕਮਾਲ ਕਰਤੀ, ਇਹਨੂੰ ਮੈਂ ਸਲਿਊਟ ਕਰਦਾ। 200 ਰੁਪਿਆ ਡਾਕਟਰ ਰਾਹੁਲ ਭੰਡਾਰੀ ਜੀ ਇਸ ਬੇਟੀ ਦੇ ਡਾਂਸ ਦੇ ਉੱਪਰ ਖੁਸ਼ ਹੋ ਕੇ ਭੇਜ ਰਹੇ ਨੇ ਜੀ, ਬਹੁਤ ਬਹੁਤ ਧੰਨਵਾਦ। 100 ਰੁਪਿਆ ਭਰਪੂਰ ਜੀ ਇਸ ਬੇਟੀ ਦੇ ਡਾਂਸ ਤੇ ਭੇਜ ਰਹੇ ਨੇ ਜੀ। ਹਾਂਜੀ ਬੋਲੋ। 200 ਰੁਪਿਆ ਰਮਾ ਮਿੱਤਲ ਜੀ ਇਸ ਬੱਚੀ ਦੇ ਐਡਮ ਤੇ ਖੁਸ਼ ਹੋ ਕੇ ਦੇ ਗਏ ਨੇ ਜੀ। ਔਰ 500 ਰੁਪਿਆ ਮੈਡਮ ਰਣਜੂ ਸਿੰਘਲਾ, ਕਾਂਤਾ ਰਾਣੀ, ਜੈ ਸ਼੍ਰੀ ਡੀ ਏ ਵੀ ਸਕੂਲ ਔਰ ਪਰਮਿੰਦਰ ਕੌਰ ਪੂਰਾ ਬਣਵਾਇਆ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸ ਬੱਚੇ ਦੀ ਐਡਮ ਤੇ ਖੁਸ਼ ਹੋ ਕੇ ਭੇਜਿਆ। 50 ਰੁਪਏ ਇੱਕ ਛੋਟਾ ਜਿਹਾ ਬੱਚਾ ਨੂਰ ਇਸ ਬੱਚੀ ਦੀ ਐਡਮ ਤੇ ਖੁਸ਼ ਹੋ ਕੇ ਦੇਖੇ ਗਿਆ ਜੀ, ਬਹੁਤ ਬਹੁਤ ਧੰਨਵਾਦ। ਵਕੀਲ ਸਾਹਿਬ ਅੰਜੂ ਗੋਇਲ ਜੀ ਔਰ ਐਡਵੋਕੇਟ ਵਿਨੋਦ ਗੋਇਲ ਜੀ 500 ਰੁਪਿਆ ਇਸ ਬੱਚੀ ਦੀ ਐਟਮ ਤੇ ਦੇ ਰਹੇ ਨੇ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਮੇਰੇ ਵੀਰਾਂ ਨੇ ਜਿਹੜੀ ਇਸ ਹੈਂਡੀਕੈਪਟ ਬੱਚੀ ਦੀ ਹੌਸਲਾ ਅਫਜ਼ਾਈ ਕੀਤੀ ਹੈ, ਅਸੀਂ ਮੈਨੇਜਮੈਂਟ ਬਣਨੀ ਹੋ, ਸਕੂਲ ਸਟਾਫ ਬਣਨੀ ਹੋ, ਬਹੁਤ ਬਹੁਤ ਧੰਨਵਾਦ ਕਰਦੇ।
ਪਰ ਜਿਹੜੇ ਕੰਮ ਹੋਏ ਹੈ ਚਲਾਣਾ ਸਾਹਿਬ ਦੇ ਟਾਈਮ ਪੀਰੀਅਡ ਦੇ ਵਿੱਚ ਵੀ ਔਰ ਜੈਨ ਸਾਹਿਬ ਦੇ ਪੀਰੀਅਡ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋਏ ਹੈ। ਤਾਂ ਕਹਿੰਦੇ ਹੈ ਕਿਸੇ ਸ਼ਾਇਰ ਨੇ ਲਿਖਿਆ ਹੈ ਲਹਿਜੇ ਮੇਂ ਬਦਤਮੀਜ਼ੀ ਲਹਿਜੇ ਮੇਂ ਬਦਤਮੀਜ਼ੀ ਮੂੰਹ ਪੇ ਨਕਾਬ ਲੀਏ ਫਿਰਦੇ ਹੈ ਜੋ ਹਮਾਰੇ ਖਾਤੋਂ ਕਾ ਜਿਨਕੇ ਖੁਦ ਕੇ ਖਾਤੇ ਖਰਾਬ ਹੈ ਉਹ ਹਮਾਰੇ ਖਾਤੋਂ ਕਾ ਹਿਸਾਬ ਲੀਏ ਫਿਰਦੇ ਹੈ। ਅਸੀਂ ਬੜਾ ਸਾਫ ਸੁਥਰੀ ਦਿੱਲੀ ਦੇ ਨਾਲ ਜਾ ਕੇ ਕੰਮ ਕੀਤਾ। ਕੋਈ ਬੰਦਾ ਜਦੋਂ ਮਰਜ਼ੀ ਚੈਲੰਜ ਕਰ ਲੈ। ਮੈਂ ਬਤੌਰੇ ਕੈਸ਼ੀਅਰ ਸਕੂਲ ਦੇ ਵਿੱਚ ਕੰਮ ਕੀਤਾ ਔਰ ਇੱਕ ਇੱਕ ਚੀਜ਼ ਜਿਹੜੀ ਹੈਗੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕ ਇਸ ਤਰ੍ਹਾਂ ਦੇ ਇਲਜ਼ਾਮ ਲਾ ਦਿੰਦੇ ਆ। ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ, ਸੇਵਾ ਭਾਵ ਹੁੰਦਾ। ਤਾਂ ਦੋਸਤੋ ਇਲਜ਼ਾਮਾਂ ਤੋਂ ਬਚਿਆ ਕਰੋ। ਤਾਂ ਸਾਡੇ ਮੈਨੇਜਰ ਸਾਡੇ ਸਕੂਲ ਦੇ ਪ੍ਰਧਾਨ ਸ਼੍ਰੀ ਮੇਹਰ ਚੰਦ ਚਲਾਣਾ ਜੀ ਨੇ ਔਰ ਸਮੁੱਚੀ ਮੈਨੇਜਮੈਂਟ ਨੇ ਔਰ ਪ੍ਰਿੰਸੀਪਲ ਮੈਡਮ ਨੇ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਕੱਲ੍ਹ ਨੂੰ ਬੱਚਿਆਂ ਨੂੰ ਛੁੱਟੀ ਰਹੇਗੀ। ਤਾੜੀਆਂ ਮਾਰ ਦਿਓ, ਕੱਲ੍ਹ ਦੀ ਬੱਚਿਆਂ ਨੂੰ ਛੁੱਟੀ ਰਹੇਗੀ। ਲਾਸਟ ਪੈਟਰਨ ਜਿਹੜਾ ਹੈ ਭੰਗੜਾ ਉਹ ਸਾਰਿਆਂ ਨੇ ਦੇਖ ਕੇ ਜਾਣਾ, ਬਹੁਤ ਵਧੀਆ ਜੀ। ਇਸ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਮੈਡਮ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਆਉਣ ਅਤੇ ਜਿਹੜੀ ਟੀਚਰ ਨੇ ਸਾਰਾ ਪ੍ਰੋਗਰਾਮ ਅਸੀਂ ਇਹਨਾਂ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਹੀ ਤਨਮਨ ਨਾਲ ਫੰਕਸ਼ਨ ਦੀ ਤਿਆਰੀ ਕਰਵਾਈ ਹੈ ਅਤੇ ਫੰਕਸ਼ਨ ਨੂੰ ਚਾਰ ਚੰਦ ਲਾਏ ਹੈ। ਸਰ ਸਾਹਮਣੇ ਦੇਖਿਓ ਜੋ ਸ਼ਹੀਦ ਹੋਏ
ਆਉਣਗੇ ਬੰਦਾ ਲੈ ਬਾਏ ਬਾਏ ਸਤਿ ਸ੍ਰੀ ਅਕਾਲ ਠੀਕ ਹੈ Thank you.
ठीक है ठीक। हाँ जी सर, सामने देखते हो, वेट कर रहे हो। ओके सर, सामने देखो, सामने प्रिंसिपल मैडम की सुषमा जी का। सारे प्लीज एक बार क्लैपिंग जरूर करता है इसका। Uh-huh.